ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ D5 ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇਸ਼ਵਜੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵਿਧਾਨ ਸਭਾ ਇਜਲਾਸ ਦੇ ਤੀਸਰੇ ਦਿਨ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਤਿੱਖੀ ਬਹਿਸ। ਅਕਾਲੀ ਦਲ ਨੇ ਕੀਤਾ ਵਾਕਆਊਟ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਘੇਰੇ ਅਕਾਲੀ। ਖੰਨਾ ਪੁਲਿਸ ਨੇ 24 ਘੰਟਿਆਂ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ। ਨਾਬਾਲਗ ਮੁੰਡਿਆਂ ਨੇ ਕੀਤਾ ਸੀ 18 ਸਾਲਾਂ ਦੇ ਨੌਜਵਾਨ ਦਾ ਕਤਲ। ਫਿਰੋਜ਼ਪੁਰ 'ਚ 55 ਸਾਲ ਦੇ ਬਜ਼ੁਰਗ ਦੀ ਸ਼ਰਮਨਾਕ ਕਰਤੂਤ। 7 ਸਾਲਾ ਬੱਚੀ ਨੂੰ ਬਣਾਇਆ ਅਵਸ ਦਾ ਸ਼ਿਕਾਰ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਤੇ ਜ਼ੋਰਦਾਰ ਬਹਿਸ ਹੋਈ, ਜਿਸ ਦੀ ਸ਼ੁਰੂਆਤ ਵਿੱਚ ਹੀ ਅਕਾਲੀ ਦਲ ਬਹਿਸ ਤੋਂ ਭੱਜ ਗਿਆ ਅਤੇ ਵਿਧਾਨ ਸਭਾ ਦੇ ਬਾਹਰ ਮੌਕ ਅਸੈਂਬਲੀ ਲਗਾ ਦਿੱਤੀ ਗਈ। ਦੂਜੇ ਪਾਸੇ ਵਿਧਾਨ ਸਭਾ ਦੇ ਅੰਦਰ ਕਾਂਗਰਸ ਅਤੇ ਆਪ ਵੱਲੋਂ ਅਕਾਲੀ ਦਲ ਨੂੰ ਚੁਫੇਰਿਓਂ ਘੇਰਿਆ ਗਿਆ। ਸੀਐਮ ਸਾਹਿਬ, ਮੇਰੀ ਇੱਕੋ ਦੇਖੋ, ਮੈਂ ਤੇ ਜ਼ਿੰਦਗੀ ਦੇ ਵਿੱਚ ਕਦੇ ਮੰਗਿਆ ਹੀ ਨਹੀਂ। ਮੈਂ ਉਹ ਗੁਰੂ ਦਾ ਸਿੱਖ ਹਾਂ ਜਿਹਦੀ ਮਾਂ ਨੇ ਉਹਨੂੰ ਦੱਸਿਆ ਸੀ ਤਿਨਕੇ ਤੋਂ ਹਲਕੀ ਰੂਹੀ ਤੋਂ ਹਲਕਾ ਮੰਗਣ ਵਾਲਾ ਆਦਮੀ। ਬਿਨ ਮੰਗੇ ਮੋਤੀ ਮਿਲਦੇ ਹੈ, ਪਰ ਮੰਗ ਕੇ ਭੀਖ ਨਹੀਂ ਮਿਲਦੀ। ਸਪੀਕਰ ਸਾਹਿਬ, ਅੱਜ ਇਸ ਪਾਕ ਪਵਿੱਤਰ ਸਦਨ ਦੇ ਵਿੱਚ ਮੈਂ ਪੁੱਤਰ ਸਰਦਾਰ ਭਗਵੰਤ ਸਿੰਘ ਸਿੱਧੂ, ਨੇਕ ਮਾਂ ਦਾ ਦੁੱਧ ਪੀ ਕੇ ਅੱਡੀਆਂ ਲਾ ਕੇ ਸੀਐਮ ਸਾਹਿਬ ਤੋਂ ਮੰਗ ਕਰਦਾ, ਝੋਲੀ ਅੱਡ ਕੇ ਤੁਹਾਡੇ ਤੋਂ ਮੰਗ ਕਰਦਾ ਕਿ ਇਹਨਾਂ ਨੂੰ ਛੱਡਿਓ ਨਾ, ਨਤ ਰੋਕੋ ਮਤ ਰੋਕੋ, ਇਹਨਾਂ ਨੂੰ ਠੋਕੋ, ਇਹਨਾਂ ਨੂੰ ਠੋਕੋ ਸਰ। ਇਟ ਸ਼ੁੱਡ ਬੀ ਅ ਡੈਟਰੈਂਟ, ਇਟ ਸ਼ੁੱਡ ਬੀ ਅ ਡੈਟਰੈਂਟ ਫੋਰ ਜਨਰੇਸ਼ਨਸ। ਜਨਰੇਸ਼ਨਸ ਮਸਟ ਟ੍ਰੈਂਬਲ, ਜਨਰੇਸ਼ਨਸ ਮਸਟ ਟ੍ਰੈਂਬਲ, ਸੋ ਦੈਟ ਨੋਬਡੀ ਕੈਨ ਐਵਰ ਡੇਅਰ ਟੂ ਡੂ ਦਿਸ। ਗੁਰੂ ਸਾਹਿਬ ਨੇ ਕਿਰਤ ਘਰ ਨੂੰ ਸਭ ਤੋਂ ਮਾੜਾ ਦੱਸਿਆ। ਕਹਿੰਦੇ ਨੇ ਭਾਈ ਗੁਰਦਾਸ ਦੀ ਵਾਰ 14, ਕਸ਼ਮਾਂ ਨੂੰ ਛੂਹਣ ਵਾਲੇ ਪਰਬਤ ਦਾ ਭਾਰ ਨਹੀਂ, ਨਾ ਹੀ ਵੱਡੇ ਕਿਲਿਆਂ ਦਾ ਭਾਰ ਹੁੰਦਾ, ਤੇ ਨਾ ਹੀ ਸਮੁੰਦਰ ਜਿਸ ਵਿੱਚ ਨਦੀਆਂ ਸਮਾਉਂਦੀਆਂ ਨੇ ਉਸ ਦਾ ਇੰਨਾ ਭਾਰ ਨਹੀਂ ਹੁੰਦਾ, ਤੇ ਨਾ ਜੀਵ ਜੰਤੂਆਂ ਦਾ ਭਾਰ ਹੁੰਦਾ, ਨਾ ਫਲਾਂ ਫੁੱਲਾਂ ਦਾ ਭਾਰ ਹੁੰਦਾ। ਤੇ ਜੇ ਧਰਤੀ ਦੇ ਕਿਸੇ ਦਾ ਭਾਰ ਹੈ ਤਾਂ ਉਹ ਕਿਰਤ ਕਣ ਬੰਦੇ ਦਾ ਭਾਰ ਆ, ਉਹ ਅਕਿਰਤ ਕਣ ਆਹ ਜਿਹੜੇ ਉੱਠ ਕੇ ਚਲੇ ਗਏ ਨੇ, ਇਹ ਸਿੱਖ ਕੌਮ ਦੇ ਤੇ ਪੰਜਾਬੀਆਂ ਦੇ ਅਕਿਰਤ ਕਣ ਇਹ ਨੇ ਜਿਨ੍ਹਾਂ ਨੇ ਪੰਥ ਸਿੱਖੀ ਤੇ ਗੁਰੂ ਨਾਲ ਧਰੋਹ ਕੀਤਾ, ਅਕਿਰਤ ਕਣ ਉਹ ਨੇ। ਮੈਂ ਸੁਖਬੀਰ ਸਿੰਘ ਚਲਾ ਗਿਆ, ਇਹਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਤੂੰ ਹਰਿਆਣੇ 'ਚ ਚਲਾ ਗਿਆ, ਪਿਪਲੀ ਜਾ ਕੇ ਤੂੰ ਉੱਥੇ ਅਨਾਊਂਸ ਕੀਤਾ ਕਿ ਜਿਹੜੀ ਹੁਣ ਅਸੀਂ ਇਲੈਕਸ਼ਨ ਹਰਿਆਣੇ 'ਚ ਲੜਾਂਗੇ। ਇਹਦਾ ਬਿਆਨ ਸਾਰਿਆਂ ਪੜਿਆ, ਬੜਾ PTC ਤੇ ਗੱਜਦਾ ਸੀ ਕਿ ਅਸੀਂ ਹੁਣ ਇੱਥੋਂ ਸ਼ੁਰੂ ਕਰਾਂਗੇ। ਤੇ ਵਾਕਿਆ ਹੀ ਜਿੱਥੇ ਇਹਦਾ ਬਾਬਾ ਬੈਠਾ, ਧੰਨ ਧੰਨ ਸਤਿਗੁਰੂ ਪਿਤਾ ਜੀ ਦੇ ਬੈਠੇ ਹੋਣ, ਤੇ ਉਹ ਗੁਫਾ ਨੂੰ ਇਹ ਛੱਡ ਸਕਦਾ? ਉਹ ਗੁਫਾ ਜਿੱਥੇ ਇਹਦੇ ਨਵੇਂ ਬਣੇ ਗੁਰੂ ਡੇਰਾ ਸੱਚਾ ਸੌਦਾ ਦਾ ਹੈੱਡ ਆਫਿਸ ਅਤੇ ਗੁਫਾ ਸਥਿਤ ਆ, ਕਦੀ ਛੱਡੇ? ਉੱਥੇ ਨਾਲ ਪ੍ਰੋਪਰਟੀ ਵੀ ਪਈ ਆ, ਬਾਦਲਾਂ ਨੂੰ ਤਾਂ ਕੁਝ ਲੱਭਣਾ ਚਾਹੀਦਾ ਕਿ ਕਿੱਥੇ ਕਬਜ਼ਾ ਕਰਨਾ। ਮੈਂ ਜੀ ਹੁਣ ਠੀਕ ਤੇ CM ਸਾਹਿਬ ਨੇ ਗੱਲਬਾਤ ਕੀ ਜੀ ਕਰ ਰਹੇ ਲਾਈਨ ਅਪ ਕਰ ਆ ਕਿ ਚਿਲੀ ਚਿਕਨ ਆ, ਚਿਲੀ ਚਿਕਨ ਆ ਜੀ। ਇਹ GK ਤੋਂ ਇਹਨੇ ਪਤਾ ਨੀ ਕੀ ਪਾਇਆ। ਇਹ ਲੋਕਾਂ ਨੇ, ਇਹ ਪ੍ਰਧਾਨ ਹੈ ਸ਼੍ਰੋਮਣੀ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਹ ਸਿੱਖੀ ਆ, ਆਹ ਸਿੱਖੀ ਆ ਇਹਨਾਂ ਦੀ, ਇਹ ਪਤਾ ਨੀ ਇਹਨੇ ਪਾਇਆ ਹੀ ਕੀ ਆ। ਹਲੋ ਜੀ, ਮੁੱਖ ਮੰਤਰੀ ਸਾਹਿਬ ਤੇ ਬਹੁਤ ਆਸਾਂ ਨੇ ਲੋਕਾਂ ਨੂੰ, ਬਹੁਤ ਆਸਾਂ ਨੇ। ਮੁੱਖ ਮੰਤਰੀ ਸਾਹਿਬ, ਤੁਹਾਨੂੰ ਸ਼ਹੀਦੇ ਆਜ਼ਮ
ਸਰਦਾਰ ਊਧਮ ਸਿੰਘ ਸਨਾਮ ਦੀ ਸਹੁੰ ਹੈ। ਕਿੰਨੇ ਸਾਲਾਂ ਬਾਅਦ ਜਾ ਕੇ ਜਨਰਲ ਡਵਾਇਰ ਦਾ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਸੀ, ਤੁਹਾਨੂੰ ਅੱਜ ਉਸ ਸ਼ਹੀਦ ਊਧਮ ਸਿੰਘ ਸਨਾਮ ਦੀ ਸਹੁੰ ਹੈ ਜੇ ਤੁਸੀਂ ਬਦਲਾ ਨਾ ਲਿਆ। ਤੁਸੀਂ ਅੱਜ ਉਸ ਕੁਰਸੀ ਤੇ ਬੈਠੇ ਹੋ, ਤੁਸੀਂ ਅੱਜ ਉਸ ਕੁਰਸੀ ਤੇ ਬੈਠੇ ਹੋ ਜਿੱਥੇ ਤੁਹਾਨੂੰ ਰੱਬ ਨੇ ਇੱਕ ਸ਼ਕਤੀ ਬਖਸ਼ਿਸ਼ ਕੀਤੀ ਹੈ। ਸੋ ਮੈਂ ਸਪੀਕਰ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਕਹਿ ਕੇ ਗਏ ਆ ਮੈਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿਆਦਾ ਹਿਸਟਰੀ ਦਾ ਨਹੀਂ, ਗਿੱਲ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਹਿਸਟਰੀ ਦੱਸੀ ਆ। ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਇਹਨਾਂ ਦੇ ਪਰਿਵਾਰ ਦੇ ਉੱਤੇ। ਔਰ ਗੁਰੂ ਸਾਹਿਬ ਫਰਮਾ ਕੇ ਗਏ ਕਿ ਚੂੰ ਕਰ ਜਮਾ ਹੀਲ ਤੇ ਦਰਗੁਜ਼ਸ਼ ਹਲਾਲ ਅਸਤ ਵਰਤਨ ਵਾ ਸ਼ਮਸ਼ੀਰ ਦਸਤ। ਤੇ ਅੱਜ ਉਹ ਢੁਕਦੀ ਕੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ। ਅੱਜ ਇਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਆਉਣਾ ਪਏਗਾ, ਸ਼ਮਸ਼ੀਰ ਖਿੱਚਣੀ ਪਏਗੀ, ਕਿਉਂਕਿ ਸਾਡੇ ਬਾਪ ਦੀ ਬੇਇੱਜ਼ਤੀ ਹੋਈ ਹੈ। ਅੱਜ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਟਿਕਟ ਕੀ ਲਾਈ ਬੈਠੇ ਹੈ। ਸੋ ਮੈਂ ਆਸ ਕਰਦਾ ਵੀ ਇਹ ਸਾਰੇ ਸਦਨ ਦੀਆਂ ਭਾਵਨਾਵਾਂ ਨਹੀਂ, ਪੂਰੀ ਦੁਨੀਆ 'ਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕੈਪਟਨ ਅਮਰਿੰਦਰ ਸਿੰਘ ਜੀ ਕਦਰ ਕਰਦੇ ਹੋਏ, ਦੋਸ਼ੀ ਜਿਹੜੇ ਹੈਗੇ ਆ ਵਾਦੇ ਖਲਕ ਨਗਾੜਾ ਹੈ ਖੁਦਾ, ਬੱਚੇ ਬੱਚੇ ਨੂੰ ਪਤਾ ਇਸ ਰਿਪੋਰਟ ਦੇ ਵਿੱਚ। ਮੈਂ ਇਹਨੂੰ ਰਿਪੀਟ ਕਰਾਂ ਤੇ ਸਦਨ ਦਾ ਅਜੀਮ ਸਦਨ ਦਾ ਸਮਾਂ ਜਾਇਆ ਕਰਨ ਵਾਲੀ ਗੱਲ ਹੋਏਗੀ, ਇਸ ਰਿਪੋਰਟ ਦੇ ਵਿੱਚ ਕੱਲੀ ਕੱਲੀ ਗੱਲ ਆ ਚੁੱਕੀ ਹੈ। ਦੋਸ਼ੀਆਂ ਨੂੰ ਸਜ਼ਾਵਾਂ ਕੈਪਟਨ ਅਮਰਿੰਦਰ ਸਿੰਘ ਜੀ ਜ਼ਰੂਰ ਦੇਣਗੇ। ਖੰਨਾ ਵਿੱਚ ਰੱਖੜੀ ਵਾਲੇ ਦਿਨ ਇੱਕ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਪੁਲਿਸ ਨੇ ਕਤਲ ਮਾਮਲੇ ਵਿੱਚ ਸ਼ਾਮਲ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਹੜਾ ਜੀ ਮਰਡਰ ਹੋਇਆ, ਇੱਕ ਪ੍ਰਦੀਪ ਨਾਮ ਦਾ ਲੜਕਾ ਸੀਗਾ 18 ਸਾਲ ਦਾ, ਇਹ ਵਾਲੀਆ ਇੰਗਲਿਸ਼ ਪਬਲਿਕ ਸਕੂਲ ਦਾ ਸਟੂਡੈਂਟ ਸੀ। ਅਤੇ ਕੱਲ੍ਹ ਤਕਰੀਬਨ ਦੁਪਹਿਰ ਨੂੰ ਜਦੋਂ ਵਾਲੀਆ ਸਕੂਲ ਛੁੱਟੀ ਹੋਈ ਸੀ ਅਤੇ ਛੁੱਟੀ ਤੋਂ ਬਾਅਦ ਇੱਥੇ ਝਗੜਾ ਹੋਇਆ ਸੀ। ਤਕਰੀਬਨ 15-20 ਬੱਚੇ ਇਕੱਠੇ ਹੋ ਗਏ ਸੀਗੇ ਦੋਨੋਂ ਸਾਈਡਸ ਤੋਂ, ਦੋ ਧਿਰਾਂ ਦੇ ਵਿੱਚ, ਮਤਲਬ ਕਿ ਮਤਲਬ ਜਿੱਦਾਂ ਥੱਪੜ ਮੁੱਕੇ ਵਗੈਰਾ ਕਰਕੇ ਆਰਗੂਮੈਂਟਸ ਕਰਕੇ ਸਕਫਲ ਟਾਈਪ ਹੁੰਦਾ ਹੈ, ਉਹ ਹੋਇਆ। ਉਸ ਸਕਫਲ ਦੇ ਦੌਰਾਨ ਜਿਹੜਾ ਇਹ ਝਗੜਾ ਹੋਇਆ ਸੀ, ਝਗੜੇ ਦੇ ਦੌਰਾਨ ਇੱਕ ਲੜਕਾ ਹੈਗਾ ਜਿਸਦਾ ਨਾਮ ਹੈ ਸੁਲਤਾਨ, ਉਹ ਆਪਣੇ ਛੋਟੇ ਖੰਨੇ ਦਾ ਰਹਿਣ ਵਾਲਾ ਹੈ, ਉਸਨੇ 2 ਸਟੈਬ ਵੂੰਡ ਮਾਰੇ ਸੀਗੇ ਜਿਹੜਾ ਡਿਸੀਜ਼ਡ ਹੈ ਪ੍ਰਦੀਪ ਨੂੰ, ਜਿਹੜੀ ਉਸਦੀ ਰਾਈਟ ਸਾਈਡ ਆਪਣੀ ਲੋਅਰ ਐਬਡੋਮੈਨ ਹੈ, ਰਾਈਟ ਸਾਈਡ ਲੋਅਰ ਐਬਡੋਮੈਨ ਤਾਂ ਜਿਹੜਾ ਰਾਈਟ ਸਾਈਡ ਦਾ ਆਪਣਾ ਥਾਈ ਦਾ ਰੀਜਨ ਹੈ, ਉੱਥੇ ਉਸਨੇ 2 ਡੀਪ ਸਟੈਬ ਵੂੰਡ ਮਾਰੇ ਹੈ ਚਾਕੂ ਤੋਂ, ਜਿਹੜਾ ਚਾਕੂ ਪੁਲਿਸ ਨੇ ਬਰਾਮਦ ਕੀਤਾ ਹੈ। ਅਤੇ ਉਸ ਤੋਂ ਬਹੁਤ ਜ਼ਿਆਦਾ ਤਕਰੀਬਨ 5-6 ਮਿੰਟ ਤੱਕ ਬਲੱਡ ਲੋਸ ਹੁੰਦਾ ਰਿਹਾ, ਉਸਨੂੰ ਮੈਡੀਕਲ ਟ੍ਰੀਟਮੈਂਟ ਨਹੀਂ ਮਿਲਿਆ, ਜਿਸ ਕਰਕੇ ਉਸ ਤੋਂ ਹਸਪਤਾਲ ਲੇਕਰ ਜਾਂਦੇ ਵੀ ਉਸਦੀ ਮੌਤ ਹੋ ਗਈ। ਔਰ ਉਸ ਤੋਂ ਇਲਾਵਾ ਇੱਕ ਔਰ ਲੜਕਾ ਸੀਗਾ ਜਿਸਦਾ ਨਾਮ ਹੈ ਰਾਕੇਸ਼ ਕੁਮਾਰ ਉਰਫ ਕਾਕਾ, ਅਤੇ ਇਹ ਲੜਕਾ ਸੀ, ਇਸਨੇ ਇੱਕ ਜਿਹੜਾ ਆਪਣਾ ਪੰਚ ਹੁੰਦਾ, ਇੱਕ ਲੋਹੇ ਦੀ ਜਿਹੜੀ ਸ਼ਾਰਪ ਐਜਿਸ ਵਾਲਾ ਪੰਚ ਹੁੰਦਾ ਹੈ, ਉਸਦਾ ਇਸਤੇਮਾਲ ਕਰਦੇ ਹੋਏ ਇੱਕ ਵਾਰ ਉਸਨੂੰ ਰਾਈਟ ਸਾਈਡ 'ਤੇ ਪੰਚ ਵੀ ਮਾਰਿਆ ਸੀ। ਇੱਕ ਲੜਕਾ ਹੈਗਾ ਹਰਸ਼, ਤਾਂ ਉਸਦਾ ਮੇਰੇ ਖਿਆਲ ਤੋਂ ਕਿਸੇ ਔਰ ਲੜਕੇ ਦੇ ਨਾਲ ਕੋਈ ਜਿੱਦਾਂ ਨੋਰਮਲ ਕੋਈ ਆਰਗੂਮੈਂਟ ਟਾਈਪ ਦੀ ਸੀ, ਅਤੇ ਇਹਨਾਂ ਨੇ ਫਿਰ ਡਿਸਾਈਡ ਕੀਤਾ ਕਿ ਬਈ ਇਹ ਇਸ ਟਾਈਮ 'ਤੇ ਇਕੱਠੇ ਹੋ ਕਰਕੇ ਇਸ ਨੂੰ ਸੁਲਝਾਵਾਂਗੇ, ਜਾਂ ਮਤਲਬ ਝਗੜਾ ਕਰਕੇ ਜਾਂ ਰਾਜੀਨਾਮਾ ਕਰਕੇ। ਬਟ ਬੇਸਿਕਲੀ ਇਹਨਾਂ ਦਾ ਇਹ ਮਕਸਦ ਸੀਗਾ ਕਿ ਦੋਨੋਂ ਪਾਸੇ ਆਪਣੇ ਬੰਦੇ ਜਿਹੜੇ ਆ ਇਕੱਠੇ ਕਰਕੇ, ਮਤਲਬ ਕਿ ਆਪਸੀ ਗੱਲਬਾਤ ਕਰੀ। ਅਤੇ ਜਦੋਂ ਇਹਨਾਂ ਦੇ ਬੰਦੇ ਇਕੱਠੇ ਹੋਏ ਆ, ਅਤੇ ਬੰਦੇ ਇਕੱਠੇ ਹੋ ਕਰਕੇ ਇਹਨਾਂ ਦੀ ਜਿਹੜੀ ਹੈ ਇਹ ਲੜਾਈ ਸ਼ੁਰੂ ਹੋ ਗਈ ਆਪਸੀ, ਇਹਨਾਂ ਨੇ ਥੱਪੜ ਮੁੱਕੇ ਮਾਰੇ। ਔਰ ਇਸ ਕਫਲ ਦੇ ਦੌਰਾਨ ਜਿਹੜੇ ਮੈਨੇ 2 ਬੰਦਿਆਂ ਦੇ ਨਾਮ ਦੱਸਿਆ, ਇਹਨਾਂ ਦਾ ਮੋਸਟ ਇੰਪੋਰਟੈਂਟ ਰੋਲ ਹੈ ਇਨਹਾਦੇ ਅਟੈਕ ਕਰਕੇ, ਔਰ ਸਪੈਸ਼ਲੀ ਜਿਹੜਾ ਮੌਤ ਦਾ ਇਮੀਡੀਏਟ ਔਰ ਡਾਇਰੈਕਟ ਕਾਰਨ ਹੈ
ਉਹ ਹੈਗਾ ਸੁਲਤਾਨ ਵੱਲੋਂ ਇਸਤੇਮਾਲ ਕੀਤਾ ਗਿਆ ਚਾਕੂ। ਸਰ ਇਹ ਦੋਨੇ ਜਿਹੜੇ ਹੈ ਇਹ ਤਾਂ ਖਾਸ ਗਰੁੱਪ ਦੇ ਮੈਂਬਰ ਨੇ ਜਿਹੜੇ ਹੈ ਜਿਨ੍ਹਾਂ ਕੋਲ ਚਾਕੂ ਮਿਲਿਆ ਤੇ ਇਹ ਐਕਚੁਅਲੀ ਕਿਸੇ ਵੀ ਗਰੁੱਪ ਦੇ ਮੈਂਬਰ ਨਹੀਂ ਹੈਗੇ, ਇਹ ਇਨਫੈਕਟ ਸਾਰੇ ਜਿਹੜੇ ਅਕਿਊਜ਼ ਦੇ ਨਾਬਾਲਿਗ ਹੈ, ਲੈਸ ਦੈਨ 18 ਇਅਰਸ। ਇੱਕ ਲੜਕਾ ਹੈਗਾ ਸ਼ੁਭਮ ਜਿਹੜਾ ਕਿ 18 ਸਾਲ ਤੋਂ ਬਸ ਬੈਰਲੀ ਉੱਪਰ ਹੈਗਾ, ਬਾਕੀ ਕਿਸੇ ਗਰੁੱਪ ਦੇ ਮੈਂਬਰ ਨਹੀਂ ਹੈ। ਇੱਕ ਮਤਲਬ ਕਿ ਇਸ ਕਰਕੇ ਅਸੀਂ ਇਸ ਐਂਗਲ ਨੂੰ ਰੂਲ ਆਊਟ ਕਰ ਸਕਦੇ। ਫਿਰੋਜ਼ਪੁਰ ਦੇ ਗੁਰੂ ਹਰ ਸਹਾਈ ਵਿੱਚ 55 ਸਾਲਾ ਇੱਕ ਬਜ਼ੁਰਗ ਨੇ 7 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਨਾਲ ਬਲਾਤਕਾਰ ਕਰਨ ਵਾਲਾ ਇਹ ਵਿਅਕਤੀ ਇੱਕ ਧਾਰਮਿਕ ਸੰਸਥਾ ਦਾ 11 ਸਾਲਾਂ ਤੱਕ ਪ੍ਰਧਾਨ ਰਹਿ ਚੁੱਕਿਆ। ਸਹਾਇ ਵਿੱਚ 55 ਸਾਲਾਂ ਮੋਹਤਬਾਰ ਵਿਅਕਤੀ ਨੇ ਹਵਸ ਦੀ ਅੱਗ ਵਿੱਚ ਅੰਨੇ ਹੁੰਦਿਆਂ ਇੱਕ 7 ਸਾਲਾਂ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਧਾਰਮਿਕ ਸੰਸਥਾ ਮੋਰਸੀਨ ਦੀ ਸਮਾਧ ਦਾ 11 ਸਾਲ ਪ੍ਰਧਾਨ ਰਿਹਾ ਇਹ ਵਿਅਕਤੀ ਰਾਜੇਸ਼ ਕੁਮਾਰ ਉਰਫ ਬਿੱਟੂ ਧਵਨ ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਂਦਾ ਸੀ, ਪਰ ਇਸ ਦੇ ਕਾਰਨਾਮੇ ਨੇ ਸਮੁੱਚੇ ਇਲਾਕੇ ਨੂੰ ਸ਼ਰਮਸਾਰ ਕੀਤਾ ਹੈ। ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦ ਇਸ ਵਿਅਕਤੀ ਦੀ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਬੱਚੀ ਦੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਦੋਸ਼ੀ ਦੀ ਤਲਾਸ਼ ਜਾਰੀ ਕਰ ਦਿੱਤੀ। ਸ਼ਾਤਰ ਬਿੱਟੂ ਇਸ 7 ਸਾਲਾ ਮਾਸੂਮ ਬੱਚੀ ਨੂੰ ਟੌਫੀਆਂ ਚਾਕਲੇਟ ਦਾ ਲਾਲਚ ਦੇ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਇਹ ਵਾਇਰਲ ਹੋਈ ਵੀਡੀਓ ਵੀ ਬਿੱਟੂ ਧਵਨ ਦੀ ਦੁਕਾਨ ਦੇ ਪਿਛਲੇ ਪਾਸੇ ਦਰਿੰਦਗੀ ਕਾਰਾ ਕਰਦਿਆਂ ਦੀ ਹੈ। ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਨੈੱਟ ਤੇ ਵੀਡੀਓ ਵੇਖਣ ਨੂੰ ਮਿਲੀ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਬਲਾਤਕਾਰ ਦੀ ਘਟਨਾ ਬਾਰੇ ਕਿਵੇਂ ਪਤਾ ਲੱਗਾ ਤੁਹਾਨੂੰ? ਸਾਨੂੰ ਸ਼ਨੀਵਾਰ ਰਾਤ ਨੂੰ ਪਤਾ ਲੱਗਿਆ ਜੀ, ਇਹਨਾਂ ਬਿੱਟੂ ਧੌਣ ਦੇ ਵੀਡੀਓ ਰਾਹੀਂ ਵੀ ਬਿੱਟੂ ਧੌਣ ਹੈ ਜੀ। ਅਸੀਂ ਇਸ ਨੂੰ ਲੈ ਕੇ ਆਪਣੇ ਵੀਡੀਓ ਵਾਇਰਲ ਹੋਣ ਕਰਕੇ ਅਸੀਂ SHO ਗਏ, ਉਹਨੇ ਸਾਡੀ ਸੁਣਵਾਈ ਕੀਤੀ, ਉਹਨੇ ਪਰਚਾ ਦਰਜ ਕਰ ਲਿਆ, ਉਹਨੂੰ ਅਰੈਸਟ ਵੀ ਕਰ ਲਿਆ। ਅਸੀਂ ਮੰਗ ਕਰਦੇ ਹਾਂ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਜਦੋਂ ਇਸ ਸਾਰੇ ਮਾਮਲੇ ਦੇ ਵਿੱਚ ਗੁਰੂ ਹਰ ਸਹਾਇ ਦੇ DSP ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਬਾਰੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਦੋਸ਼ੀ ਬਿੱਟੂ ਧਵਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਜਾਰੀ ਹੈ, ਮੈਡੀਕਲ ਰਿਪੋਰਟ ਦੀ ਉਡੀਕ ਵੀ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਕੱਲ੍ਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਸੰਬੰਧ ਵਿੱਚ ਸਾਨੂੰ 10:45 'ਤੇ ਪਤਾ ਲੱਗਿਆ। ਪਤਾ ਜਦੋਂ ਲੱਗਿਆ ਕਿ ਇਸਦਾ ਕੁਛ ਆਂਸਰ ਹੈਗੇ, ਉਹਨਾਂ ਨੇ ਲੜਕੀ ਨਾਲ ਕੁਝ ਅਸ਼ਲੀਲ ਹਰਕਤਾਂ ਕੀਤੀਆਂ ਨੇ, ਜਿਹਦੇ ਸੰਬੰਧ ਵਿੱਚ ਅਸੀਂ ਕੁਲਦੇਵ ਸਿੰਘ ਦੇ ਬਿਆਨ ਦਰਜ ਰਜਿਸਟਰ ਕਰਕੇ FIR ਦਰਜ ਕੀਤੀ। ਮੁਕੱਦਮਾ ਨੰਬਰ 148 ਹੈ। ਮੁਕੱਦਮਾ ਦਰਜ ਕਰਨ ਤੋਂ ਬਾਅਦ ਤਫਤੀਸ਼ ਅਮਲ 'ਚ ਲਿਆਂਦੀ। ਅਮਲ 'ਚ ਲਿਆਉਂਦਿਆਂ ਹੋਇਆ ਜਿਹੜਾ ਸੋਰਸ ਛੱਡੇ ਗਏ, ਜਿਹੜਾ ਦੋਸ਼ੀ ਹੈ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਬਾਰੇ ਆਪਣੀ ਟੀਮਾਂ ਨੂੰ ਹਦਾਇਤਾਂ ਕਰਕੇ ਰਵਾਨਾ ਕੀਤਾ ਹੋਇਆ। ਕੀ ਰੇਪ ਦੀ ਪੁਸ਼ਟੀ ਹੋ ਪਾਈ ਜੀ? ਡਾਕਟਰੀ ਮੁਆਇਨਾ ਕਰਾਇਆ ਗਿਆ ਜੀ, ਡਾਕਟਰ ਸਾਹਿਬ ਨੇ ਜਿਹੜੇ ਡਾਕਟਰੀ ਮੁਆਇਨਾ ਕਰਕੇ ਰਿਜ਼ਲਟ ਆਪਦੇ ਕੋਲ ਰੱਖ ਲਿਆ ਅਤੇ ਅਜੇ ਸਾਨੂੰ ਉਹਨਾਂ ਨੇ ਦਿੱਤਾ ਨਹੀਂ, ਰਿਜ਼ਲਟ ਆਉਣ ਤੋਂ ਬਾਅਦ ਦੱਸਿਆ ਜਾਏਗਾ। ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ? ਅਤੇ ਦੋਸ਼ੀ ਅਜੇ ਸੋਰਸਾਂ ਰਾਹੀਂ ਪਤਾ ਲੱਗ ਰਿਹਾ ਕਿਹੜੀ ਡਾਇਰੈਕਸ਼ਨ 'ਚ ਆ। ਜਿਵੇਂ ਹੀ ਸਾਡੇ ਕੋਲ ਕਾਬੂ ਆ ਗਿਆ, ਅਸੀਂ ਉਹਨੂੰ ਇਮੀਡੀਏਟਲੀ ਸਫਾ ਮਿਸਲ 'ਤੇ ਲਿਆ ਕੇ ਗ੍ਰਿਫਤਾਰ ਕਰਕੇ
ਜਿਸ ਥਾਂ ਤੇ ਇਹ ਕਲੋਨੀ ਕਰਦਾ ਵਾਪਰੀ ਉਸ ਘਟਨਾ ਉਸ ਥਾਂ ਤੇ ਜਾ ਕੇ ਤੁਸੀਂ ਕੋਈ ਕਾਰਵਾਈ ਕੀਤੀ? ਹਾਂਜੀ, ਮੈਂ ਉੱਥੇ ਮੌਕਾ ਤੇ ਗਿਆ ਜਾ ਕੇ ਪਲੇਸ ਆਫ ਆਫਰੈਂਸ ਤੇ ਜਿਸ ਇੰਸਟਰੂਮੈਂਟ ਨੂੰ ਯੂਜ਼ ਕਰਦਾ ਸੀਗਾ ਦੋਸ਼ੀ, ਉਹ ਇੰਸਟਰੂਮੈਂਟ ਕਬਜ਼ਾ ਪੁਲਿਸ ਲਿਆ ਗਿਆ ਹੈ। ਕਬਜ਼ਾ ਪੁਲਿਸ ਲੈ ਕੇ ਉਹਨੂੰ ਸਫਾ ਮਿਸਲ ਤੇ ਲਿਆ ਕੇ ਫਰਦਰ ਆਈ ਅਸੀਂ ਲੋੜ ਪੈਣ ਤੇ ਕੋਰਟ ਚ ਪੇਸ਼ ਕਰਾਂਗੇ। ਸਾਡੇ ਸਮਾਜ ਵਿੱਚ ਅਜਿਹੇ ਦਰਿੰਦਗੀ ਕਾਰੇ ਰੋਕਣ ਲਈ ਲੋੜ ਹੈ ਸਖਤ ਕਾਨੂੰਨ ਬਣਾਉਣ ਦੇ ਨਾਲ ਨਾਲ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਰਵੱਈਆ ਅਖਤਿਆਰ ਕਰਨ ਦੀ, ਤਾਂ ਜੋ ਬੱਚਿਆਂ ਅਤੇ ਔਰਤਾਂ ਨਾਲ ਹੋਣ ਵਾਲੇ ਜਬਰ ਜਿਨਾਹ ਅਤੇ ਯੌਨ ਸ਼ੋਸ਼ਣ ਵਰਗੇ ਮਾਮਲਿਆਂ ਤੇ ਠੱਲ ਪਾਈ ਜਾ ਸਕੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਵਿੱਚ ਦੋ ਗੁੱਟਾਂ ਵਿਚਾਲੇ ਹੋਏ ਗੈਂਗ ਵਾਰ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਦੋਵੇਂ ਗੁੱਟਾਂ ਵਿਚਾਲੇ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖਬਰ ਹੈ। ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਨੌਜਵਾਨਾਂ ਦੇ ਗੁੱਟਾਂ ਵੱਲੋਂ ਸ਼ਰੇਆਮ ਇੱਕ ਦੂਸਰੇ ਤੇ ਮਾਰੂ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਇਸ ਸੰਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਤਕਰੀਬਨ 30 ਨੌਜਵਾਨ ਜੋ ਵੱਖ ਵੱਖ ਗੱਡੀਆਂ ਵਿੱਚ ਸਵਾਰ ਹੋ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਪੁੱਜੇ, ਜਿੱਥੇ ਦੋ ਗੁੱਟਾਂ ਵੱਲੋਂ ਇੱਕ ਦੂਸਰੇ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਤੱਖ ਦਰਸ਼ੀਆਂ ਮੁਤਾਬਕ ਨੌਜਵਾਨਾਂ ਵੱਲੋਂ ਤਕਰੀਬਨ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਗੋਲੀ ਵੱਜ ਗਈ। ਕਿੰਨੇ ਜਣੇ ਸੀ ਉਹ? 8-9 ਜਣੇ। ਤੇ ਤੁਹਾਡੇ ਨਾਲ ਵੀ ਕੋਈ ਰੰਜਿਸ਼ ਹੈਗੀ? ਨਾ ਨਾ, ਮੈਂ ਤਰਿਆਣ ਲਿਆ। ਕਿਹੜਾ ਪਿੰਡ ਤੁਹਾਡਾ? ਗੋਦਾ। ਕਿੱਥੇ ਲੱਗੀ ਗਾੜੇ ਗੋਲੀ? ਨੱਕ 'ਚ। ਪਤਾ ਨਹੀਂ ਲੱਗਿਆ ਕਿਹੜੇ ਲੈ ਲੱਗ ਗਈ। ਤੁਸੀਂ ਸ਼ਕਲ ਵੇਖੀ ਜਿਹਨਾਂ ਗੋਲੀ ਮਾਰੀ ਤੁਹਾਨੂੰ? ਹਾਂ। ਕਿੰਨੀਆਂ ਗੋਲੀਆਂ ਚੱਲੀਆਂ ਭਲਾ? ਗੋਲੀਆਂ ਵੱਜੀਆਂ ਆਮਣੇ ਸਾਹਮਣੇ ਸਾਡੇ। ਕਿੰਨੀਆਂ ਨੇ ਜ਼ਖਮੀ? ਦੋ। ਇੱਕ ਉੱਥੇ ਮਰ ਗਿਆ। ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਕਿਸੇ ਨਾ ਕੋਈ ਰੰਜਿਸ਼ ਨਹੀਂ ਸੀ ਤੇ 3 ਭੈਣਾਂ ਦਾ ਉਹ ਇਕਲੌਤਾ ਭਰਾ ਸੀ। ਪਹਿਲ ਵਾਲ ਹੀ ਪ੍ਰਭ ਉਹਨਾਂ ਨੇ ਮਾਰ ਦਿੱਤਾ ਇਹਨੂੰ। ਕੋਈ ਝਗੜਾ ਨੀ ਹੈਗਾ। ਸਰਪੰਚ ਇਹਨਾਂ ਦੇ ਪਿੰਡ ਦੇ ਆਪਸ ਵਿੱਚ ਖਲੋਤੇ ਸੀ ਤੇ ਇਦਾਂ ਜਿੱਦਾਂ ਮੁੰਡਿਆਂ ਦੇ ਮਗਰੀ ਮੁੰਡੇ ਸੀ। ਸਾਡੀ ਤੇ ਕੋਈ ਗੱਲ ਨੀ ਹੈਗੀ। ਹਾਏ, ਗੋਲੀ ਲੱਗੀ ਆ। ਹਾਏ, ਪਤਾ ਨੀ ਉਹਦਾ ਖਰੇ ਉੱਥੇ ਹੀ ਮੁੱਕ ਗਿਆ ਸੀ ਆਂਦੇ ਇੱਕ ਤੇ। ਬੰਦਾ ਸਾਡਾ ਕੋਈ ਹੈ ਨੀ ਗਾ, ਨਾ ਕੋਈ ਤਾਇਆ, ਨਾ ਚਾਚਾ, ਨਾ ਕੋਈ ਦਾਦਾ, ਸਾਡਾ ਕੋਈ ਨੀ ਆ। ਕੱਲਾ ਕੱਲਾ ਸੀ, 3 ਭੈਣਾਂ ਸੀ, 3 ਭੈਣਾਂ ਸੀ, ਕੱਲਾ ਕਾਕਾ ਸੀ ਗਰਜੰਟ ਸਿੰਘ। ਇਹਨੂੰ ਮੁੰਡੇ ਨੇ ਸਹਿਲ ਨੇ ਸੱਦਿਆ। ਸਹਿਲ ਮੁੰਡਾ ਕਾਮਿਆਂ ਦਾ ਵਾ ਤੇ ਪ੍ਰਭ ਜਿਹੜਾ ਵਾ ਉਹ ਦੂਜੇ ਬੰਨੇ ਸਰਪੰਚ ਖਲੋਤਾ ਸੀ, ਇੱਕ ਬੰਨੇ ਸਹਿਲ ਖਲੋਤਾ ਸੀ। ਪ੍ਰਭੇ ਹੋਣਾ ਮਾਰੀਆਂ ਗੋਲੀਆਂ ਕਾਮਿਆਂ ਦਾ, ਹੰਸਾਣੇ ਦਾ।
ਕਿਹੜੀ ਪਾਰਟੀ ਨਾਲ ਸੰਬੰਧ ਇੰਨਾ ਮੈਨੂੰ ਕੋਈ ਪਤਾ ਨਹੀਂ ਹੈਗਾ। ਕਾਂਗਰਸ ਨਾਲ ਸੰਬੰਧ ਆ ਉਹਦਾ ਫਰੀਦੀ ਫਰੂਦੀ ਹੋਣੀ ਪਤਾ ਨਹੀਂ ਕੀ ਹਿਸਾਬ ਮੈਨੂੰ ਨਹੀਂ ਪਤਾ ਕਾਂਗਰਸ ਨਾਲ ਉਹਨਾਂ ਦਾ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਭਾਵੇਂ ਇਸ ਘਟਨਾ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਸ਼ਰੇਆਮ ਬਾਜ਼ਾਰ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਉੱਤੇ ਸਵਾਰੀਆਂ ਨਿਸ਼ਾਨ ਜ਼ਰੂਰ ਖੜੇ ਕਰ ਦਿੱਤੇ ਨੇ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।